ਜੇ ਡਾ ਪੁਲਿਸ ਦੇ ਇੱਕ ਪੰਜਾਬੀ ਪੁਲਿਸ ਅਫਸਰ ਕਾਂਸਟੇਬਲ ਜੈਸੀ ਸ਼ੋਤਾ ਨੂੰ 40 ਸਾਲ ਤੋਂ ਘੱਟ ਉਮਰ ਦੇ ਦੁਨੀਆ ਭਰ ਦੇ 40 ਵਧੀਆ ਪੁਲਿਸ ਅਫਸਰਾਂ ਦੀ ਸੂਚੀ ਵਿੱਚ ਨਾਮ ਆਉਣ ਤੇ ਉਹਨਾਂ ਨੂੰ ਇੱਕ ਅਵਾਰਡ ਮਿਲਿਆ ਹੈ ਅਤੇ ਇਹ ਇਨਾਮ ਕਾਂਸਟੇਬਲ ਸ਼ੋਤਾ ਦੇ ਕੰਮਕਾਜ ਦੇ ਨਾਲ-ਨਾਲ ਕਮਿਊਨਿਟੀ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਵੀ ਮਿਲਿਆ ਹੈ 30 ਸਾਲਾਂ ਦੇ ਇਸ ਪੁਲਿਸ ਅਫਸਰ ਵੱਲੋਂ ਕਮਿਊਨਿਟੀ ਦਾ ਨਾਮ ਰੌਸ਼ਨ ਕਰਨ ਦੇ ਅਜਿਹੇ ਕੰਮਾਂ ਨੂੰ ਦੇਖਦਿਆਂ ਉਸਦੇ ਮਾਪਿਆਂ ਨੂੰ ਵੀ ਸੋਹਤਾ ਤੇ ਦਾਦਾ ਮਾਣ ਹੈ ਪੇਸ਼ ਹੈ ਇਸ ਮਾਮਲੇ ਵਿੱਚ ਉਸਦੇ ਪਰਿਵਾਰ ਨਾਲ ਕੀਤੀ ਗੱਲਬਾਤ ਦੇ ਅਧਾਰਿਤ ਇਹ ਰਿਪੋਰਟ ਚਾਲੀ ਪੁਲਿਸ ਜਾਣੇ ਸਾਰੀ ਦੁਨੀਆ ਵਿੱਚੋਂ ਚੁਣੇ ਆ ਜਿਹੜੇ ਆਪਣੇ ਮੈਗਮੇ ਵਿੱਚ ਵਧੀਆ ਤੇ ਵਧੀਆ ਕੰਮ ਕਰ ਰਹੇ ਆ ਤੇ ਉਸ ਲਈ ਨੋਮੀਨੇਸ਼ਨ ਤੁਹਾਡੀ ਚੀਫ ਕਰ ਸਕਦਾ ਇਕੱਲਾ ਉਹੀ ਕਰ ਸਕਦਾ ਤੇ ਜੋ ਜੋ ਚੀਫ ਨੇ ਮੇਰਾ ਇਸ ਕੰਪੀਟੀਸ਼ਨ ਵਿੱਚ ਨਾ ਪਾਇਆ ਤੇ ਮੈਂ ਉਸ ਨਾਮਿਨੇਸ਼ਨ ਨੇ ਨਾਲ ਹੀ ਬੜਾ ਖੁਸ਼ੀ ਸਰੀਵਸਨ ਇੱਕ 30 ਸਾਲਾ ਜੱਸੀ ਸਹੋਤਾ ਅਜੇ 6 ਸਾਲ ਪਹਿਲਾਂ ਹੀ ਡਲਟਾ ਪੁਲਿਸ ਵਿੱਚ ਭਰਤੀ ਹੋਇਆ ਸੀ ਜੋ ਉੱਥੇ ਹੁਣ ਯੂਥ ਲੇਜਨ ਆਫੀਸਰ ਵਜੋਂ ਕੰਮ ਕਰ ਰਿਹਾ ਹੈ ਅਤੇ ਉਸ ਦੀ ਵਧੀਆ ਲੀਡਰਸ਼ਿਪ ਕੁਆਲਿਟੀ ਅਤੇ ਨੌਜਵਾਨਾਂ ਨੂੰ ਚੰਗੇ ਪਾਸੇ ਲਾਉਣ ਦੇ ਵਿਲੱਖਣ ਕੰਮ ਸਦਕਾ ਹੀ ਡਲਟਾ ਪੁਲਿਸ ਦੇ ਚੀਫ ਨੇ ਉਸ ਨੂੰ ਦੁਨੀਆ ਭਰ ਦੇ 40 ਸਾਲ ਤੋਂ ਹੇਠਲੀ ਉਮਰ ਦੇ ਆਲਾ 40 ਪੁਲਿਸ ਅਫਸਰਾਂ ਦੀ ਸੂਚੀ ਲਈ ਨਾਮਯਦ ਕੀਤਾ ਸੀ ਜਿਸ ਉਪਰੰਤ ਇਹ ਅਵਾਰਡ ਲੈਣ ਵਾਲਾ ਉਹ ਇਸ ਸਾਲ ਦਾ ਇਕਲੌਤਾ ਪੰਜਾਬੀ ਦੀ ਆਫੀਸਰ ਸੀ ਤੇ ਇਹ ਨਾਮ ਮੈਨੂੰ ਡੈਲਸ ਟੈਕਸਿਸ ਵਿੱਚ ਦਿੱਤਾ ਸੀ ਤੇ ਜਦੋਂ ਮੈਂ ਉੱਥੇ ਗਿਆ ਸੀ ਆਪਣੀ ਵਾਈਫ ਨਾਲ ਤੇ ਆਪਣੇ ਨਾਲ ਆਫੀਸਰ ਨਾਲ ਤੇ ਮੈਨੂੰ ਬਹੁਤ ਵਧੀਆ ਲੱਗਾ ਉਹਨਾਂ ਨੇ ਸਾਰੇ ਪਬਲਿਕ ਵਿੱਚ ਇਨਾਮ ਦਿੱਤਾ ਅਮਰੀਕਨ ਪੁਲਿਸ ਵੱਲੋਂ ਉੱਥੇ ਪ੍ਰੈਜ਼ੈਂਸੀ ਇੰਟਰਨੈਸ਼ਨਲ ਦੁਬਈ ਪੁਲਿਸ ਉੱਥੇ ਸੀ ਤੇ ਹੋਰ ਵੀ ਇੰਡੀਆ ਤੋਂ ਵੀ ਐਸਪੀ ਆਏ ਹੋਏ ਸੀ ਤੇ ਮੈਨੂੰ ਬਹੁਤ ਵਧੀਆ ਲੱਗਾ ਕਿ ਕਿ ਯੂ نو ਹਰੇਕ ਬੰਦਾ ਮਿਹਨਤ ਕਰਦਾ ਮੈਨੂੰ ਲੱਗਾ ਉਸ ਟਾਈਮ ਜਿਹੜੀ ਮੈਂ ਮਿਹਨਤ ਕੀਤੀ ਹੋਈ ਸੀ ਉਹਦਾ ਮੈਨੂੰ ਫਲ ਮਿਲਿਆ ਉਸ ਮੋਕੇ ਯੂ ਆਰ ਦ ਓਨਲੀ ਵਨ ਪੰਜਾਬੀ ਆਫੀਸਰ ਅਰਾਊਂਡ ਦ ਵਰਲਡ ਕਿ ਹੋਰ ਵੀ ਸੀਗੇ ਦੇ ਵਿੱਚ ਮਤਲਬ ਜਿਹਨਾਂ ਪਾਰਟਿਸਿਪੇਟ ਕੀਤਾ ਜਾਂ Winner ਵਿੱਚੋਂ ਉਹਨਾਂ ਚਾਰੀਆਂ ਆਫੀਸਰਾਂ ਚੋਂ ਇੱਕ ਬੰਗਾਲ ਦਾ ਵੀ ਆਫੀਸਰ ਸੀ ਸੋ ਪੰਜਾਬੀ ਤੇ ਨਹੀਂ ਪਰ ਆਪਣੇ ਭਾਰਤ ਦਾ ਸੀ ਤੇ ਆਪਾਂ ਉਹਨੂੰ ਯੂ نو ਸੇਮ ਹੀ ਕਹਿ ਸਕਦੇ ਹਾਂ ਪਰ ਪੰਜਾਬੀ ਚ ਮੈਂ ਇਕੱਲਾ ਸੀ ਇੱਕ ਪੁਲਿਸ ਵਿੱਚ ਭਰਤੀ ਹੋਣ ਤੋਂ ਪਹਿਲਾਂ ਜਸੀਨੇ ਸਰੇ ਸਕੂਲ ਬੋਰਡ ਵਿੱਚ ਕੰਮ ਕਰਨ ਤੋਂ ਇਲਾਵਾ ਕਈ ਨੌਜਵਾਨ ਸੰਸਥਾਵਾਂ ਨਾਲ ਰਲ ਕੇ ਹਜ਼ਾਰਾਂ ਹੀ ਘੰਟੇ ਵਲੰਟੀਅਰ ਕੀਤਾ ਅਤੇ ਸੈਂਕੜੇ ਬੱਚਿਆਂ ਨੂੰ ਗਲਤ ਪਟਕਣਾ ਤੋਂ ਹਟਾ ਕੇ ਚੰਗੇ ਪਾਸੇ ਲਾਉਣ ਵਿੱਚ ਕਾਮਯਾਬ ਹੋਇਆ ਹੈ ਅਤੇ ਸਮਝਦਾ ਹੈ ਕਿ ਅਜਿਹਾ ਕਰ ਉਸਨੇ ਭਾਈਚਾਰੇ ਦੀ ਸੇਵਾ ਨਹੀਂ ਕੀਤੀ ਬਲਕਿ ਆਪ ਵੀ ਬਹੁਤ ਕੁਝ ਹਾਸਲ ਕੀਤਾ ਹੈ ਮੇਨਲੀ ਹੈਗੇ ਡਲਟਾ ਸਕੂਲ ਡਿਸਟ੍ਰਿਕਟ ਨੋਰ ਡੈਲਟਾ ਸੈਕੰਡਰੀ ਅਸੀਂ ਰੈਸਲਿੰਗ ਟੀਮ ਖੁੱਲੀ ਹੋਈ ਆ ਐਕਟ ਮੈਨ ਹੋਏ ਸੈਕੰਡਰੀ ਸਾਡੀ ਟੀਮ ਵੋਲੰਟੀਅਰ ਬੇਸਿਸ ਤੇ ਚੱਲਦੀ ਆ ਉਹ ਪਿਛਲੇ 4 ਸਾਲ ਸਾਰੇ ਪ੍ਰੋਵਿੰਸ ਦੀ ਚੈਂਪੀਅਨ ਰਹੀ ਹੋਈ ਆ 2009 ਤੱਕ ਮੈਂ ਕਬੱਡੀ ਤੇ ਰੈਸਲਿੰਗ ਦੀ ਕੋਚਿੰਗ ਕਮਿਊਨਿਟੀ ਤੌਰ ਤੇ ਦਿੰਦਾ ਰਿਹਾ ਨਿਊਟਨ ਰੈਕਸ ਸੈਂਟਰ ਵਿੱਚ ਤੇ ਸਭ ਤੋਂ ਸਾਡਾ ਸਭ ਤੋਂ ਵੱਡਾ ਕਮਿਊਨਿਟੀ ਪਾਰਟਨਰ ਹੈਗਾ ਯੂ ਬ੍ਰੋ ਯੂ ਗਰੋ ਫਾਊਂਡੇਸ਼ਨ ਉੱਥੇ ਮੈਂ ਤਕਰੀਬਨ 4 ਘੰਟੇ ਵੋਲੰਟੀਅਰ ਆਵਰਸ ਕੀਤੇ ਹੋਏ ਉਹਨਾਂ ਦੇ ਨਾਲ ਪਰ ਮੈਂ ਮੈਨੂੰ ਅਜੀਬ ਜਿਹਾ ਲੱਗਦਾ ਕਹਿੰਦਾ ਕਿ 4000 ਆਵਰ ਉਹ ਮੈਨੂੰ ਮੈਨੂੰ ਬਹੁਤ ਵਧੀਆ ਲੱਗਾ ਇਦਾਂ ਨਹੀਂ ਮੈਨੂੰ ਲੱਗਾ ਮੈਂ ਵੋਲੰਟੀਅਰ ਕਰਦਾ ਉਹ ਮੈਂ ਆਪਣੀ ਖੁਸ਼ੀ ਨਾਲ ਹੀ ਕੀਤਾ ਆ ਤੇ ਮੈਨੂੰ ਵੀ ਉਸ ਚੀਜ਼ ਦਾ ਬਹੁਤ ਬੈਨੀਫਿਟ ਮਿਲਿਆ ਮੇਰੇ ਫਰੈਂਡਸ਼ਿਪ ਬਣੇ ਆ ਮੈਂ ਆਪ ਵੀ ਬਹੁਤ ਤਰੱਕੀ ਕੀਤੀ ਲੋਕਾਂ ਨਾਲ ਮਿਲ ਕੇ ਇਨਾ ਹੀ ਨਹੀਂ ਸਹੋਤਾ ਦੁਨੀਆ ਭਰ ਵਿੱਚ ਪੁਲਿਸ ਫੋਰਸਸਾਂ ਦੀਆਂ ਹੁੰਦੀਆਂ ਖੇਡਾਂ ਵਿੱਚ ਕੁਸ਼ਤੀ weight lifting ਅਤੇ ਕਬੱਡੀ ਆਦ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਂਦਾ ਹੈ ਅਤੇ ਜਿਸ ਵਿੱਚ ਵੀ ਉਸਨੇ ਵਧੀਆ ਨਾਮਨਾ ਖੱਟਿਆ ਹੈ ਵਿਚ ਚਾਈਨਾ ਚੋ 골ਡ ਮੈਡਲ ਜਿੱਤੇ ਵਰਲਡ ਪੁਲਿਸ ਫਾਇਰ ਗਿਮਮਾਸ ਚੋ ਤੇ ਆ ਪਿਛਲੇ ਆਗਸਟ ਮੀ ਨੈਦਰਲੈਂਡ ਟੂ 골ਡ ਮੈਡਲ ਮੇਰਾ ਫੇਰ ਆਇਆ ਤੇ ਆਨ ਵਾਲੇ ਸਮੇਂ ਚ ਸਾਡਾ ਵਿਨੀਪੈਗ ਕੰਪੀਟੀਸ਼ਨ ਹੋਣਾ ਅਗਲੇ ਸਾਲ ਉੱਥੇ ਵੀ ਮੈਂ ਸੋ ਇਸਦਾ 골ਡੀ ਲਿਆਉਂਗਾ ਆਪਣੀ ਫੋਲ ਤਿਆਰੀ ਹੈ ਪਰ ਕਬੱਡੀ ਵੀ ਮੈਂ ਖੇਡਦਾ ਐ ਡਿਪਾਰਟਮੈਂਟ ਦੀ ਪੂਰੀ ਸਪੋਰਟ ਐ ਇਸ ਤਰ੍ਹਾਂ ਉਹ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ ਤੂੰ ਆਪਣੀ ਜੌਬ ਨੌਕਰੀ ਸੇਵਾ ਵੀ ਕਰਦਾ ਐ ਇੱਕ ਤੌਰ ਤੇ ਤੇ ਆਪਣੇ ਖੇਡ ਨੂੰ ਵੀ ਕਾਇਮ ਰੱਖਿਆ ਬਹੁਤ ਪ੍ਰਾਊਡਫੁੱਲ ਫੀਲ ਹੁੰਦਾ ਅਜਿਹਾ ਸਾਨੂੰ ਜਦੋਂ ਜੱਸੀ ਦੇ ਨਾਮ ਤੋਂ ਲੋਕੀ ਜਾਣਦੇ ਐ ਪ੍ਰਾਊਡ ਫੀਲ ਕਰਦਾ ਉਹ ਪਰਮਾਤਮਾ ਦਾ ਸ਼ੁਕਰ ਐ ਅਸੀਂ ਇਹਦੇ ਮੰਮੀ ਡੈਡੀ ਹਾਂ ਹਾਂਜੀ ਕੀ ਲੱਗਦਾ ਲੋਕੀ ਜਲ ਬੁਲਾਉਂਦੇ ਜੱਸੀ ਦਾ ਡੈਡੀ ਜਾਂਦਾ ਹਾਂਜੀ ਹੁਣ ਪਰसों ਮੈਂ ਸ੍ਰੀ ਗੁਰੂ ਘਰ ਦਾ ਗਾਤੇ ਉਥੇ ਬੜੇ ਸੇਵਾ ਕਰਦੇ ਸੀ ਮੈਨੂੰ ਪਰੇ ਲੱਗਿਆ ਖੱਚੀ ਮੈਨੂੰ ਪਤਾ ਨਹੀਂ ਕੀ ਗੱਲ ਆ ਉਹਨੇ ਕਿਹਾ ਤਾਂ ਐਡਾ ਲਪੇਟ ਕੇ 100 ਡਾਲਰ ਪਾ ਕੇ ਉੱਤੇ ਜੱਸੀ ਸੋਤਾ ਲਿਖ ਦਿੱਤਾ ਬਡੂ ਦੇ ਵਿੱਚ ਪਾਇਆ ਕਹਿੰਦਾ ਮੈਂ ਕਿਹਾ ਮੈਨੂੰ ਕਿਤੇ ਘਰ ਦੇ ਮੈਂ ਲੱਭੀ ਜਾਣਾ ਕਿੰਨਾ ਸਾਲ ਹੋ ਗਿਆ ਮੈਨੂੰ ਮੁੰਡਾ ਨਹੀਂ ਲੱਭਦਾ ਮੈਂ ਗੁਰਦਵਾਰੇ ਹੋਣਾ ਕਹਿੰਦਾ ਗੁਰਦਵਾਰੇ ਮੰਦਿਰਾਂ ਦੀ ਘੰਟਾ ਬੈਠ ਕੇ ਚਿਲਦਣਾ ਮੈਨੂੰ ਕਹਿੰਦਾ ਤੂੰ ਲੈ ਜਾ ਮੈਂ ਕਹਿੰਦਾ ਮੈਂ ਨਹੀਂ ਲੱਗੇਣਾ ਉਹੀ ਲੱਗੇ ਜਾਉ ਤੇ ਤੂੰ ਜਿੰਨਾ ਪਿਆਰ ਕਰਦੇ ਕਮਿਊਨਿਟੀ ਹੈ ਨਾ ਜੱਸੀ ਦੇ ਮਾਪੇ ਆਪਣੇ ਹੋਂਦ ਹਰ ਪੁੱਤਰ ਤੇ ਮਾਣ ਕਰਦੇ ਨਹੀਂ ਥੱਕਦੇ ਜਿਨ੍ਹਾਂ ਅਨਸਾਰ ਉਸਨੇ ਆਪਣੀ ਆਣ ਤੱਕ ਮਿਹਨਤ ਸਦਕਾ ਹੀ ਸਕਾਲਰਸ਼ਿਪ ਤੇ ਕ੍ਰਿਮਿਨੋਲੋਜੀ ਦੀ ਡਿਗਰੀ ਵੀ ਹਾਸਲ ਕੀਤੀ ਹੈ ਅਤੇ ਸਮਝਦੇ ਹਨ ਕਿ ਤਿੰਨ ਦਹਾਕੇ ਪਹਿਲਾਂ ਹੀ ਕੈਨੇਡਾ ਆ ਵਸੇ ਸਧਾਰਨ ਇਮੀਗ੍ਰੈਂਟ ਮਾਪਿਆਂ ਦੇ ਬੱਚੇ ਦਾ ਇੱਥੋਂ ਤੱਕ ਪਹੁੰਚਣਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਪਰ ਉਹ ਸਾਕ ਸਬੰਧੀ ਅਤੇ ਭਾਈਚਾਰੇ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਜਿੰਨਾ ਹਰ ਸਮੇਂ ਉਹਨਾਂ ਦਾ ਸਾਥ ਦਿੱਤਾ ਸੀ ਜਿਆਦਾ ਐਕਟਿਵ ਇਹ ਬੱਚਾ ਸੀਗਾ ਤੇ ਵੀ ਮੈਨੂੰ ਇਦਾਂ ਡਾਲਾ ਨਾ ਜਾਈ ਗਲਤ ਪਾਸੇ ਨਾ ਫੇਜ ਵੀ ਫਿਰ ਅਸੀਂ ਇਹਨੂੰ ਸ਼ੌਕਰ ਚ ਪਾਉਣਾ ਚਾਹਿਆ ਉੱਥੇ ਵੀ ਮੇਰੇ ਕੋਲ ਲਾਇਸੈਂਸ ਨਹੀਂ ਸੀ ਰੋਜ਼ ਦੂ ਲੈ ਕੇ ਜਾਣਾ ਪੈਣਾ ਸੀ ਫੇਰ ਸਾਨੂੰ ਰੈਸਲਿੰਗ ਵਾਲੇ ਸਤਨਾਮ ਜੋਲ ਭਾਜੀ ਉਹ ਚ ਤਾਂ ਸਾਡੇ ਰਿਲੇਟਿਵ ਸੀਗੇ ਤੇ ਅਸੀਂ ਸਾਨੂੰ ਲੱਗਾ ਵੀ ਉੱਥੇ ਈਜ਼ੀ ਆ ਤੇ ਇਹ ਵੀ ਰੈਸਲਿੰਗ ਦਾ ਥੋੜਾ ਇਹਨਾਂ ਨੂੰ ਸ਼ੌਂਕ ਵੀ ਸੀਗਾ ਅਸੀਂ ਉੱਥੇ ਪਾ ਦਿੱਤਾ ਤੇ ਉਹ ਜਿਹੜੇ ਨਾਲ ਦੇ ਫਰੈਂਡਾਂ ਆਂ ਦੀਆਂ ਮੰਮੀਆਂ ਸੀ ਜਿਆਦਾ ਰਾਈਡ ਵੀ ਉਹੀ ਮੈਨੂੰ ਇਹ ਦਿੰਦੇ ਰਹੇ ਕਿ ਕਿ ਮੈਂ ਕੰਮ ਤੇ ਜਾਂਦੀ ਹੁੰਦੀ ਸੀ ਉਹ 4 ਦਿਨ ਪ੍ਰੈਕਟਿਸ ਹੁੰਦੀ ਸੀ ਫੇ ਮੇਰੇ ਕੋਲ 2 ਦਿਨ ਮੈਂ ਆਫ ਕਰਦੀ ਹੁੰਦੀ ਸੀ ਤੇ 2 ਦਿਨ ਇਹਦੇ ਦਿਲਸਾਫਰ ਫਰੈਂਡ ਉਹਦੀ ਮੰਮੀ ਇਹਨੂੰ ਰਾਈਡ ਦਿੰਦੇ ਹੁੰਦੀ ਸੀ ਇਹ ਤਾਂ ਛੋਟਾ ਹੁੰਦਾ ਨਾ ਮੇਰਾ 4 ਸਾਲ ਦਾ ਹੁੰਦਾ ਈ ਉਹਦੇ ਨਾਲੇ ਸਾਰੇ ਮਿਲਨੇ ਮੂਲੇ ਟੂਰਨਾਮੈਂਟ ਦੇਖਣੇ ਨਾਲੇ ਚੱਲਦਾ ਨੰਦ ਦੇਖਣਾ ਮੈਂ ਲਾ ਦੇਖਣਾ ਮੈਂ ਵੀ ਦੇਖਣਾ ਜੜੀ ਫਿਰ ਜਦੋਂ ਸੱਤਾਂ ਕਿਸਾਲਾਂ ਦਾ ਹੋਇਆ ਸ੍ਰੀ ਗੁਰੂਗ੍ਰੰਥ ਪੁਰਨਾਮ ਪੰਟ ਹੁੰਦਾ ਸੀ ਕਹਿੰਦਾ ਮੈਂ ਕੋਣ ਲੱਗਣਾ ਹਾਂਜੀ ਫਿਰ ਇਹਨਾਂ ਕੋਣ ਪਾਇਆ ਸੀ ਫਿਰ ਮਖਾਲੀ ਗਾ ਆਪੇ ਨਾ ਤੇ ਪਈ ਗਿਆ ਦਹਾ ਗਾਰੀਆਂ ਕਿ ਜਾਏ ਗਿਆ ਜਿੱਦਾਂ ਜਾਣਾ ਜਦੋਂ ਤੇ ਅਸੀਂ ਪਹਿਲਾਂ ਮਿਲੇ ਆ ਉਦੋਂ ਇਹ ਕਬੱਡੀ ਖੇਡਣਾ ਸ਼ੁਰੂ ਹੀ ਕੀਤੀ ਸੀ ਇਹਨੇ ਤੇ ਪਹਿਲੇ ਦਿਨ ਤੋਂ ਹੀ ਇਹਦਾ ਇੰਨਾ ਪੈਸ਼ਨ ਸੀ ਇੰਨਾ ਹਾਰਡਵਰਕ ਜਿਵੇਂ ਸਾਡੇ ਘੁੰਮਣ ਤੋਂ ਪਹਿਲਾਂ ਇਹਦਾ ਇਹ ਸੀ ਵੀ ਮੈਂ ਆਪਣੀ ਪ੍ਰੈਕਟਿਸ ਜਾਂ ਆਪਣੀ ਟ੍ਰੇਨਿੰਗ ਪੂਰੀ ਕਰਾਂ ਤੇ ਉਹ ਦੇਖ ਕੇ ਇਹਨਾਂ ਵਧੀਆ ਲੱਗਦਾ ਤੇ ਇੰਨੀ ਪ੍ਰਾਊਡ ਫੀਲਿੰਗ ਆਉਂਦੀ ਆ ਵੀ ਯੂ نو ਲਾਈਕ ਮੇਰਾ ਪਾਰਟਨਰ ਮੇਰਾ ਹਸਬੰਡ ਇੰਨਾ ਹਾਰਡ ਵਰਕਿੰਗ ਆ ਉਮ ਇੰਨੀ ਗੁੱਡ ਸੇਵਾ ਕਰਦਾ ਕਮਿਊਨਿਟੀ ਲਈ ਬੱਚਿਆਂ ਲਈ ਤੇ ਉਹ ਦੇਖ ਕੇ ਬਹੁਤ ਖੁਸ਼ੀ ਮਿਲਦੀ ਆ ਬਲਕਿ ਜਸਵੀ ਸਮਝਦਾ ਹੈ ਕਿ ਜੇ ਉਸਦੇ ਮਾਪੇ ਪਤਨੀ ਜਾਂ ਉਸ ਨਾਲ ਕੰਮ ਕਰਦੀਆਂ ਸੰਸਥਾਵਾਂ ਆਦ ਦਾ ਸਾਥ ਨਾ ਹੁੰਦਾ ਤਾਂ ਇਹ ਮੁਕਾਮ ਹਾਸਲ ਕਰਨਾ ਮੁਸ਼ਕਲ ਸੀ ਬਲਕਿ ਉਹ ਸਮਝਦਾ ਹੈ ਕਿ ਬੱਚਿਆਂ ਦੇ ਕਰਾਹੇ ਪੈਨ ਪਿੱਛੇ ਬਹੁਤ ਸਾਰੇ ਘਰੇਲੂ ਹਾਲਾਤ ਜਾਂ ਉਹਨਾਂ ਦੀ ਰਹਿਣੀ ਬਹਿਣੀ ਨੌਜਵਾਨਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਜਿਸ ਸਭ ਨੂੰ ਸੁਧਾਰਨ ਲਈ ਪਰਿਵਾਰਕ ਪੱਧਰ ਤੋਂ ਹਮਲੇ ਮਾਰਨ ਦੀ ਲੋੜ ਹੈ ਅਤੇ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਪੁਲਿਸ ਫੋਰਸ ਆਦ ਵਿੱਚ ਆਉਣ ਲਈ ਪ੍ਰੇਰਤਾ ਹੈ ਕਈ ਵਾਰੀ ਇਦਲਾ ਦੰਦਾ ਸ਼ਾਇਦ ਮੈਂ ਪੁਲਿਸ ਹੈਂ ਦੀ ਮਸ਼ਹੂਰੀ ਕਰਦਾ ਪਰ ਮੈਂ ਸਚਾਈ ਵਿੱਚ ਕਹਿੰਦਾ ਇਹ ਬਹੁਤ ਵਧੀਆ ਜੌਬ ਆ ਤੁਸੀਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਸਕਦੇ ਆ ਨਾਲੋਂ ਨਾਲ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਤੁਹਾਨੂੰ ਤਨਖਾਹ ਵੀ ਵਧੀਆ ਮਿਲਦੀ ਤੁਹਾਡੀ ਲੋਕੀ ਰਿਸਪੈਕਟ ਕਰਦੇ ਆ ਠੀਕ ਆ ਕਿਵਲੇ ਇਹ ਜੌਬ ਔਖੀ ਵੀ ਆ ਪਰ ਯੂ نو ਐਨੀਥਿੰਗ ਵਰਥ ਡੂਇੰਗ ਇਜ਼ ਨਾਟ ਈਜ਼ੀ ਰਾਈਟ ਸੋ ਮੈਂ ਤਾਂ ਹਮੇਸ਼ਾ ਕਹਿੰਦਾ ਹਾਂ ਆਪਣੇ ਭਾਈਚਾਰੇ ਜਿਹੜੇ ਵੀ ਨੌਜਵਾਨ ਬੱਚੇ ਕੁੜੀਆਂ ਉਹਨਾਂ ਨੂੰ ਜ਼ਰੂਰ ਆਪਣੀ ਪੁਲਿਸ ਨੂੰ ਜੁਆਇਨ ਕਰਨਾ ਚਾਹੀਦਾ ਜੇ ਉਹਨਾਂ ਦੀ ਐਸਫੀਅਲਡ ਚ ਇੰਟਰਸਟ ਹੈਗਾ ਐਂਡ ਤੁਸੀਂ ਸੱਚ ਬੋਲਿਆ ਯੈਸ ਹੈਗੇ ਆਪਣੇ ਕੋਈ ਬੱਚੇ ਜਿਹੜੇ ਮਾੜੀ ਸੋਸਾਇਟੀ ਵਿੱਚ ਆ ਜਾਂਦੇ ਤੇ ਉਹ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਆਪਾਂ ਕੁਛ ਨਾ ਕੁਛ ਕਰੀਏ ਆਪਣੇ ਤੌਰ ਤੇ ਜੇ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਕਰਕੇ ਜੇ ਆਪਾਂ ਸੋਚੀਏ ਕੋਈ ਮਾਪੇ ਕੋਈ ਬੱਚਾ ਨਹੀਂ ਚਾਹੁੰਦਾ ਮੈਂ ਗੈਂਗਸਟਰ ਬਣਾ ਮੈਂ ਫਲਾਣੇ ਥਾਂ ਇਹ ਕ੍ਰਾਈਮਨਲ ਐਕਟੀਵਿਟੀ ਕਰਾਂ ਇਹ ਕੋਈ ਉਹਨਾਂ ਦੀ ਲਾਈਫ ਚ ਜ਼ਿੰਦਗੀ ਚ ਕੋਈ ਕਮੀ ਹੋਊਗੀ ਤਾਈਓ ਇਸ ਰਸਤੇ ਤੁਰੇ ਆ ਨੇ ਸੰਦੇ 30 ਸਾਲ ਦੀ ਉਮਰ ਵਿੱਚ ਇੱਕ ਆਲਾ ਦਰਜੇ ਦੇ ਪੁਲਿਸ ਅਫਸਰ ਵਜੋਂ ਨਾਮ ਕਮਾਉਣਾ ਮਾਰ ਕੇ ਵਾਲੀ ਗੱਲ ਹੈ ਜਿਸ ਲਈ ਜੱਸੀ ਅਤੇ ਉਸ ਦਾ ਪਰਿਵਾਰ ਵਾਕਿਆਹੀ ਵਧਾਈ ਦੇ ਹੱਕਦਾਰ ਹਨ ਪ੍ਰਬੰਧਕ